ਬੜੀਆਂ ਮਜਬੂਰ ਸਾਂ, ਬੜੀ ਮਜਬੂਰੀ 'ਤੇ ਆਣ ਕੇ ਅਸੀਂ ਇਹ ਕੰਮ ਕੀਤਾ ਹੈ, ਨਹੀਂ ਤਾਂ ਅਸੀਂ ਇਹ ਕੰਮ ਨਹੀਂ ਸਕਣ। ਸਾਨੂੰ ਪਤਾ ਹੀ ਨਹੀਂ ਸੀਗਾ ਕਿਤੇ ਜਾਣਾ ਹੈ, ਕਿਤੇ ਕਿਤੇ ਜਾ ਕੇ ਸਾਨੂੰ ਕੌਂਟ ਖਿਲਾਉਣਾ ਨਹੀਂ ਆਉਂਦਾ ਪਿਆ, ਕਿਸ ਤਰ੍ਹਾਂ ਕੌਂਟ ਖਿਲਾਉਣਾ। ਪੁੱਛ ਦੱਸ ਕੇ ਅਸੀਂ ਮੈਂ ਅਤੇ ਅਸੀਂ ਇਹੋ ਜਿਹਾ ਕੰਮ ਕਦੀ ਨਹੀਂ ਸੀ ਕੀਤਾ, ਅਸੀਂ ਬੜੀਆਂ ਮਜਬੂਰ ਹੋ ਕੇ ਕੀਤਾ ਇਹ ਕੰਮ। ਬੱਚੀਆਂ ਸਨ, ਨਹੀਂ ਉਹਨਾਂ ਦਾ ਵਕਤ ਲੰਘਦਾ, ਰੋਟੀ ਤੋਂ ਭੁੱਖੀਆਂ ਮਰਦੀਆਂ ਸੀ, ਪਾਣੀ ਨਹੀਂ ਸੀ ਲੱਭਦਾ। ਪਾਣੀ ਵੀ ਹੁਣ ਤਾਂ ਇੱਥੋਂ ਗੰਦੇ ਆਉਂਦੇ ਨੇ, ਫਿਲਟਰਾਂ ਦੇ ਮੁੱਲ ਦਿੰਦੇ ਨੇ, ਉਹ ਵੀ ਨਹੀਂ ਲਿਆ ਸਕਦੀਆਂ ਸੀ। ਬਸ ਫਿਰ ਇਸ ਮਜਬੂਰੀ 'ਚ ਆਣ ਕੇ ਅਸੀਂ ਕੀਤਾ, ਵੀ ਬੱਚੀਆਂ ਭੁੱਖੀਆਂ ਮਰਦੀਆਂ ਸਨ, ਫੈਕਟਰੀਆਂ ਵਾਲਿਆਂ ਨੇ ਕੱਢ ਦਿੱਤਾ, ਕੋਈ ਹੋਰ ਹੈਗਾ ਹੀ ਨਹੀਂ ਸੀ ਜ਼ਰੀਆ ਵੀ ਜਿੱਥੇ ਅਸੀਂ ਖਾ ਲਈਏ ਰੋਟੀ। ਅਸੀਂ ਬਹੁਤ ਸਕੂਨ ਦੇ ਨਾਲ ਰਹੀਦਾ ਸੀ। ਅੱਬੂ ਤੋਂ ਬਾਅਦ ਬਹੁਤ ਜੀਣਾ ਮੁਸ਼ਕਲ ਹੋ ਗਿਆ ਸਾਡਾ। ਦੋ ਵਕਤ ਦੀ ਰੋਟੀ ਨਹੀਂ ਅਸੀਂ ਖਾ ਸਕਦੇ, ਕਿਰਾਇਆ ਤਾਂ ਦੇਣਾ ਦੂਰ ਦੀ ਗੱਲ, ਅਸੀਂ ਆਪਣਾ ਪੇਟ ਹੀ ਨਹੀਂ ਪਾ। ਬਾਜੀ ਨੂੰ ਛੱਡ ਦੇਵੋ, ਅਸੀਂ ਬਾਜੀ ਨਹੀਂ ਸੀ ਛੱਡ ਸਕਦੇ, ਕਿਉਂ ਨਾ ਸਾਡਾ ਭਾਈ ਸੀ, ਨਾ ਅੱਬੂ ਵੇ ਅਤੇ ਨਾ ਬਾਜੀਆਂ ਦੂਰ ਸੀ, ਅਤੇ ਅਸੀਂ ਤਿੰਨੋਂ ਸੀ, ਅਤੇ ਅਸੀਂ ਕਹਿੰਦੇ ਸੀ ਇਹਨੂੰ ਦਾਰੋ ਰਮਾਨ 'ਚ ਦੇ ਦਿਉ, ਅਸੀਂ ਨਹੀਂ ਸੀ ਕਿ ਮੁੰਨੇ, ਅਤੇ ਉਹਨਾਂ ਨੂੰ ਤਲਾਕਾਂ ਦੇ ਦਿੱਤੀ। ਕਹਿੰਦੇ ਸੀ ਅਸੀਂ ਇਹ ਫੈਕਟਰੀ 'ਚ ਕੰਮ ਕਰਦੇ ਸੀ, ਪਹਿਲੀ ਗੱਲ ਬੰਦੇ ਤਾਂ ਦਿੰਦੇ ਨਹੀਂ ਸੀ, ਜਿਹੜਾ ਅਸੀਂ ਖੁਦ ਕਰਦੇ ਸੀ, ਆਪ ਵੀ ਖਾਂਦੇ ਸੀ, ਨਾਲ ਉਹਨਾਂ ਨੂੰ ਖਵਾਉਂਦੇ ਸੀ। ਇਹੀ ਰੋਲਾ ਹੁੰਦਾ ਸੀ ਕਿ ਤੁਸੀਂ ਕਮਾਵੋ ਅਤੇ ਖਵਾਵੋ, ਅਤੇ ਜੇ ਉਹਨਾਂ ਕੋਲ ਮੰਗਣੇ ਪੈਸੇ ਤਾਂ ਕਹਿੰਦੇ ਸੀ ਭੈਣ ਨੂੰ ਇੱਥੋਂ ਕੱਢੋ। ਬਹੁਤ ਹੋਇਆ ਨਾ, ਅਤੇ ਇਹਨਾਂ ਦੋਵਾਂ ਭੈਣਾਂ ਦੇ ਨਾਲ ਰਹਿ ਰਹਿ ਕੇ ਨਾ ਤਿੰਜ ਦੀ ਆਦਤ ਪੈ ਗਈ ਹੋਈ ਸੀ, ਕਿਤੇ ਹੋਰ ਬਾਜੀ ਲਿਜਾਂਦੀ ਸੀ ਨਾ ਤਾਂ ਜਾਣ 'ਤੇ ਦਿਲ ਨਹੀਂ ਸੀ ਕਰਦਾ। ਮੇਰੀ ਵਜ੍ਹਾ ਤੋਂ ਇਹਨਾਂ ਦੋਵਾਂ ਦਾ ਘਰ ਖਰਾਬ ਹੋ ਗਿਆ, ਇਹ ਤੋਂ ਤੀਕਰ ਮੇਰਾ ਹੁਣ ਬਸ ਨਹੀਂ ਚੱਲਦਾ ਜੇ ਮੈਂ ਇਹਨਾਂ ਦਾ ਘਰ ਬਾਦ ਕਰ ਦਿਆਂ, ਨਾ ਮੈਂ ਕਿੰਨਾ ਨਾ ਕੁਛ ਕਰ ਸਕਦੀ ਹਾਂ ਬਾਹਰ ਜਾ ਕੇ, ਅਤੇ ਸਾਡੀ ਉਹਨਾਂ ਭੈਣਾਂ ਭਰਾਵਾਂ 'ਤੇ ਦਰਹਾ ਸੀ ਸਾਡੀ ਮਦਦ ਕਰਨ, ਦੋ ਵਕਤ ਦੀ ਰੋਟੀ ਅਤੇ ਸਿਰ 'ਤੇ ਛੱਤ ਬਸ ਮਿਲ ਜਾਏ। ਬਸ ਮੈਂ ਤਾਂ ਪਾਕਿਸਤਾਨ ਨੂੰ ਇਹ ਹੀ ਆਖਣਾ ਚਾਹਵਾਂਗੀ ਕਿ ਸਾਡੀ ਮਦਦ ਕਰੋ, ਸਾਡੀ ਹੋਰ ਸਾਡਾ ਕੋਈ ਸੁਣਨ ਵਾਲਾ ਕੋਈ ਨਹੀਂ ਹੈਗਾ। ਆਵਾਮ ਨੂੰ ਵੀ ਇਹ ਹੀ ਆਖਣੀ ਆ ਸਾਡੀ ਮਦਦ, ਸਾਡਾ ਕੋਈ ਨਾ ਰਿਸ਼ਤੇਦਾਰ ਕੋਈ ਨਹੀਂ ਕੋਈ ਹੈਗਾ।